ਦੇਖੋ ਜਿਸ ਤਰ੍ਹਾਂ ਕਿ ਪ੍ਰੈਜ਼ੈਂਟ ਸਿਨੈਰੀਓ ਹੈਗਾ ਤਾਂ ਜਿਹੜੇ ਦੋਨੋਂ ਟੈਂਪਰੇਚਰਸ ਨੇ ਦਿਨ ਦਾ ਅਤੇ ਰਾਤ ਦਾ ਨੋਰਮਲ ਨਾਲੋਂ ਜ਼ਿਆਦਾ ਚੱਲ ਰਿਹਾ। ਜਿਸ ਤਰ੍ਹਾਂ ਕਿ ਸਾਡੇ ਕੋਲ ਲੁਧਿਆਣੇ 44 ਡਿਗਰੀ ਟੈਂਪਰੇਚਰ ਚੱਲ ਰਿਹਾ, ਜਿਹੜਾ ਕਿ ਆਲਰੇਡੀ ਆਪਾਂ ਕਹਿ ਸਕਦੇ ਹਾਂ 5-6 ਡਿਗਰੀ ਨੋਰਮਲ ਤੋਂ ਜ਼ਿਆਦਾ ਚੱਲ ਰਿਹਾ। ਪਰ ਕੱਲ੍ਹ ਦੇ ਰਿਕਾਰਡ ਦੇ ਵਿੱਚ ਬਠਿੰਡੇ ਜਿਹੜਾ 48.4 ਡਿਗਰੀ ਵੀ ਰਿਕਾਰਡ ਹੋਇਆ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਆਲਮੋਸਟ 7-8 ਡਿਗਰੀ ਨੋਰਮਲ ਤੋਂ ਜ਼ਿਆਦਾ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਟੈਂਪਰੇਚਰ ਹੈ, ਕਿਉਂਕਿ ਰਾਤ ਨੂੰ ਵੀ ਆਪਾਂ ਨੂੰ ਲੱਗ ਰਿਹਾ ਕਿ ਰਾਤਾਂ ਬਹੁਤ ਜਿਹੜੀਆਂ ਗਰਮ ਹੋ ਰਹੀਆਂ ਨੇ, ਕਿਉਂਕਿ ਪਿੱਛੇ ਜੇ ਸਾਡੇ ਕੋਲ ਪਿਛਲੇ ਹਫ਼ਤੇ 30 ਡਿਗਰੀ ਤੱਕ ਵੀ ਜਿਹੜਾ ਰਾਤ ਦਾ ਟੈਂਪਰੇਚਰ ਆ ਰਿਕਾਰਡ ਕੀਤਾ ਗਿਆ, ਅਤੇ ਹੁਣ ਥੋੜ੍ਹਾ ਜਿਹਾ ਮਤਲਬ ਇੰਪਰੂਵਮੈਂਟ ਹੋਈ ਹੈ, ਬਟ ਫਿਰ ਵੀ ਜਿਹੜਾ ਰਾਤ ਦਾ ਟੈਂਪਰੇਚਰ ਨੋਰਮਲ ਨਾਲੋਂ 3-4 ਡਿਗਰੀ ਜ਼ਿਆਦਾ ਹੀ ਚੱਲ ਰਿਹਾ। ਸੋ ਕਹਿਣ ਦਾ ਭਾਵ ਹੈ ਕਿ ਦਿਨ ਅਤੇ ਰਾਤ ਦੋਨਾਂ ਦੇ ਟੈਂਪਰੇਚਰ ਜਿਹੜੇ ਨੇ ਨੋਰਮਲ ਤੋਂ ਜ਼ਿਆਦਾ ਚੱਲ ਰਹੇ ਆ, ਜਿਸ ਕਰਕੇ ਕਿ ਆਪਾਂ ਨੂੰ ਬਹੁਤ ਜ਼ਿਆਦਾ ਜਿਹੜੀ ਗਰਮੀ ਮਹਿਸੂਸ ਹੋ ਰਹੀ ਹੈ। ਉਸ ਤੋਂ ਇਲਾਵਾ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਡਰਾਈ ਸਪੈਲ ਹੈ ਉਹ ਬਹੁਤ ਲੰਬਾ ਹੋ ਚੁੱਕਿਆ, ਕਿਉਂਕਿ ਜਿਹੜੀ ਅਪ੍ਰੈਲ ਦੇ ਵਿੱਚ ਵੀ ਬਾਰਿਸ਼ ਹੋਈ ਹੈ, ਸਿਰਫ 5 ਮਿਲੀਮੀਟਰ ਬਾਰਿਸ਼ ਹੋਈ ਹੈ ਅਤੇ ਇੱਕ ਸਿਰਫ ਰੇਨੀ ਡੇ ਸੀਗਾ, ਜਦੋਂ ਕਿ ਸਾਡੇ ਕੋਲ 18-19 ਮਿਲੀਮੀਟਰ ਜਿਹੜੀ ਬਾਰਿਸ਼ ਹੋਣੀ ਚਾਹੀਦੀ ਹੈ। ਅਤੇ ਜੇ ਮਈ ਦੀ ਗੱਲ ਕਰਦੇ ਹਾਂ ਤਾਂ ਮਈ ਬਿਲਕੁਲ ਸੁੱਕਾ ਲੰਘਿਆ, ਐਨ ਡਰਾਈ ਰਿਹਾ, ਔਰ ਜੇ ਰਿਲੇਟਿਵ ਹਿਊਮਿਡਿਟੀ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਸਾਡੇ ਕੋਲ ਮਤਲਬ 50% ਜਿਹੜੀ ਹੈ ਉਹ ਨੋਰਮਲ ਨਾਲੋਂ ਘੱਟ ਰਿਕਾਰਡ ਕੀਤੀ ਜਾ ਰਹੀ ਹੈ, ਜਿਸ ਕਰਕੇ ਕਿ ਆਪਾਂ ਦੇਖ ਰਹੇ ਹਾਂ ਕਿ ਲੂ ਜਿਹੜੀ ਚੱਲ ਰਹੀ ਹੈ, ਇੰਨੀਆਂ ਜ਼ਿਆਦਾ ਗਰਮ ਹਵਾਵਾਂ ਚੱਲ ਰਹੀਆਂ ਨੇ, ਕਿਉਂਕਿ ਖੁਸ਼ਕ ਬਹੁਤ ਜ਼ਿਆਦਾ ਜਿਹੜੀ ਹਵਾ ਹੈਗੀ ਹੈ, ਬਾਰਿਸ਼ ਦੀ ਕਮੀ ਕਰਕੇ ਜਿਹੜੀ ਉਹਦੇ 'ਚ ਨਮੀ ਹੈ ਉਹ ਵੀ ਜਿਹੜੀ ਘੱਟ ਦਿਖਾਈ ਦੇ ਰਹੀ ਹੈ। ਸੋ ਹਾਲੇ ਵੀ ਕੋਈ ਜ਼ਿਆਦਾ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ, ਕਿਉਂਕਿ 29-30 ਤੱਕ ਸਾਡੇ ਕੋਲ ਹਾਲੇ ਵੀ ਜਿਹੜੀ ਹੀਟ ਵੇਵ ਦਾ ਪ੍ਰੈਡਿਕਸ਼ਨ ਹੈਗੀ ਹੈ ਕਿ ਮੋਡਰੇਟ ਟੂ ਸਵੀਅਰ ਹੀਟ ਵੇਵ ਜਿਹੜੀ ਉਹ ਹੋ ਸਕਦੀ ਹੈ। ਸੋ ਜੇ ਆਪਾਂ ਮੌਨਸੂਨ ਦੀ ਗੱਲ ਕਰੀਏ ਤਾਂ ਹਾਲੇ ਮੌਨਸੂਨ ਵੀ ਸਾਡੇ ਕੋਲ ਐਂਡ ਜੂਨ ਦੇ ਵਿੱਚ ਜਿਹੜਾ ਪਹੁੰਚੇਗਾ, ਕਿਉਂਕਿ ਜਿਹੜੀ IMD ਵੱਲੋਂ ਫੋਰਕਾਸਟ ਹੈਗੀ ਹੈ ਉਹਦੇ ਵਿੱਚ 15 ਅਪ੍ਰੈਲ ਨੂੰ ਜਿਹੜੀ ਫਸਟ ਫੋਰਕਾਸਟ ਜਾਰੀ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਕੱਲ੍ਹ 27 ਮਈ ਨੂੰ ਦੂਸਰੀ ਫੋਰਕਾਸਟ ਆਈ ਹੈ, ਅਤੇ ਥਰਡ ਜਿਹੜੀ ਫੋਰਕਾਸਟ ਹੈ ਉਹ ਐਂਡ ਆਫ ਜੂਨ ਆਏਗੀ। ਸੋ ਜਿਹੜੀ 27 ਮਈ ਦੀ ਫੋਰਕਾਸਟ ਹੈ ਉਹਦੇ ਹਿਸਾਬ ਨਾਲ, ਜਿਵੇਂ ਕਿ ਆਪਾਂ ਸਾਲ ਦੇ ਸ਼ੁਰੂ ਦੇ ਵਿੱਚ ਥੋੜ੍ਹਾ ਐਲਨੀਨੋ ਦਾ ਇਫੈਕਟ ਦੇਖਿਆ ਗਿਆ ਸੀਗਾ, ਜਿਹਦੇ ਕਰਕੇ ਕਿ ਲੱਗ ਰਿਹਾ ਸੀਗਾ ਕਿ ਮੌਨਸੂਨ ਥੋੜ੍ਹਾ ਜਿਹਾ ਇਸ ਵਾਰੀ ਵੀਕ ਹੋਏਗਾ, ਬਟ ਜਿਹੜੀ ਹੁਣ ਕੱਲ੍ਹ ਫੋਰਕਾਸਟ ਆਈ ਹੈ ਉਹਦੇ ਅਕੋਰਡਿੰਗਲੀ ਜਿਹੜਾ ਸੈਂਟਰਲ ਇੰਡੀਆ ਹੈ ਉਹਦੇ ਵਿੱਚ ਅੱਛੀ ਬਾਰਿਸ਼ ਮੌਨਸੂਨ ਦੀ ਹੋਣ ਦੀ ਸੰਭਾਵਨਾ ਹੈ, ਬਟ ਜਿਹੜਾ ਨੌਰਥ ਵੈਸਟ ਏਰੀਆ ਹੈ ਉਹਦੇ ਵਿੱਚ ਨੋਰਮਲ ਜਾਂ ਬਿਲੋ ਨੋਰਮਲ ਰਹਿ ਸਕਦੀ ਹੈ। ਸੋ ਉਮੀਦ ਕਰਦੇ ਹੈਗੇ ਹਾਂ ਕਿ ਜੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਮਤਲਬ ਬਣਦੀਆਂ ਨੇ, ਅੱਗੋਂ ਜੂਨ ਵੀ ਸਾਡਾ ਬਹੁਤ ਵਾਰਮ ਹੁੰਦਾ ਹੈ, ਤਾਂ ਮੇ ਬੀ ਕੁਛ ਲਾਨੀਨਾ ਦਾ ਇਫੈਕਟ ਹੋ ਜਾਏ ਤਾਂ ਸਾਡੇ ਕੋਲ ਜਿਹੜੀ ਅੱਛੀ ਮੌਨਸੂਨ ਜਿਹੜੀ ਆ ਉਹ ਅਸੀਂ ਮਾਣ ਸਕਦੇ ਹਾਂ। ਬਟ ਹਾਲੇ ਜਿਹੜੀ ਕਿਉਂਕਿ ਸਾਡੇ ਕੋਲ ਜੁਲਾਈ ਦੇ ਫਸਟ ਵੀਕ ਦੇ ਵਿੱਚ ਜਿਹੜੀ ਮੌਨਸੂਨ ਹੈ ਪੰਜਾਬ ਦੇ ਵਿੱਚ ਪਹੁੰਚਦੀ ਹੈ, ਸੋ ਸਾਨੂੰ ਹਾਲੇ ਵੇਟ ਕਰਨੀ ਪਊਗੀ ਕਿ ਐਂਡ ਆਫ ਜੂਨ ਦੇ ਵਿੱਚ ਕੀ ਜਿਹੜਾ ਸਿਨੈਰੀਓ ਹੈ ਉਹ ਆਉਂਦਾ। ਹਾਂਜੀ ਬਿਲਕੁਲ, ਜਿਹੜਾ ਰੈੱਡ ਅਲਰਟ ਜਾਰੀ ਕੀਤਾ ਗਿਆ, ਜਿਹੜੇ ਮੋਸਟਲੀ ਜਿਹੜੇ ਸਾਊਥ ਵੈਸਟਰਨ ਡਿਸਟ੍ਰਿਕਟਸ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਰੈੱਡ ਅਲਰਟ ਹੈ, ਸੈਂਟਰਲ ਜਿਹੜਾ ਪੰਜਾਬ ਉਹਦੇ ਵਿੱਚ ਔਰੇਂਜ ਅਲਰਟ ਹੈਗਾ। ਸੋ ਕਹਿਣ ਦਾ ਭਾਵ ਹੈਗਾ ਕਿ ਹਾਲੇ ਵੀ ਜਿਹੜੇ ਟੈਂਪਰੇਚਰਸ ਨੇ ਉਹ ਰਾਈਜ਼ ਹੀ ਹੋਣਗੇ ਫਰਦਰ, ਕੋਈ ਰਾਹਤ ਦੀ ਸੰਭਾਵਨਾ ਇੰਨੀ ਨਜ਼ਰ ਨਹੀਂ ਆ ਰਹੀ। ਅਮਨ ਦੇਖਿਆ ਵੀ ਰਾਤ ਦੇ ਟੈਂਪਰੇਚਰ ਦੇ ਵਿੱਚ ਜਿਹੜੀ ਆ ਕਾਫੀ ਦੇਖਣ ਨੂੰ ਮਿਲਿਆ ਕਿ ਰਾਈਜ਼ ਹੋ ਗਏ ਨੇ, ਪਹਿਲਾਂ ਜਿਹੜੇ 24-25 ਤੱਕ ਰਹਿੰਦੇ ਸੀ ਹੁਣ 30 ਤੱਕ ਵੀ ਪਹੁੰਚ ਗਏ ਨੇ, ਕੀ ਕਾਰਨ ਲੱਗਦਾ ਹੈ ਕਿ ਜਿਹੜੇ ਯਕਦਮ ਹੋਏ ਨੇ ਜਾਂ ਕੋਈ ਕਾਰਨ? ਤੁਸੀਂ ਦੇਖੋ ਜਿਸ ਤਰ੍ਹਾਂ ਕਿ ਦਿਨ ਦਾ ਜਿਹੜਾ ਟੈਂਪਰੇਚਰ ਹੈਗਾ ਉਹ ਜਦੋਂ ਇੰਨਾ ਜ਼ਿਆਦਾ ਵੱਧ ਰਿਹਾ ਤਾਂ ਉਹਦੇ ਨਾਲ ਸਾਨੂੰ ਕੋਈ ਮਤਲਬ ਕੋਈ ਉਹਦੇ 'ਚ ਜਿਹੜੀ ਹਵਾ ਹੈਗੀ ਹੈ ਉਹ ਵੀ ਬਿਲਕੁਲ ਗਰਮ ਹੋ ਕੇ ਲੰਘਦੀ ਹੈ। ਸੋ ਨਾਲ ਦੀ ਨਾਲ ਸਾਡੇ ਕੋਲ ਸ਼ਾਮ ਨੂੰ ਵੀ ਕੋਈ ਡਿਵੈਲਪਮੈਂਟ ਨਹੀਂ ਹੁੰਦੀ, ਉਸੇ ਤਰ੍ਹਾਂ ਹੀ ਸਾਡੇ ਕੋਲ ਜਿਹੜਾ ਪ੍ਰੈਸ਼ਰ ਕੋਈ ਫਾਲ ਨਹੀਂ ਹੁੰਦਾ, ਜਿਹਦੇ ਕਰਕੇ ਕਿ ਜਿਹੜੀ ਆਪਣੇ ਕੋਲ ਆਉਂਦੀ ਹੈਗੀ ਹੈ ਰੇਡੀਏਸ਼ਨ ਜਿਹੜੀ ਧਰਤੀ 'ਤੇ ਪੈਂਦੀ ਹੈ
ਰਾਤ ਨੂੰ ਵੀ ਫਿਰ ਉਹ ਜਿਹੜੀ ਹਵਾ ਉਹਨੂੰ ਗਰਮ ਹੀ ਕਰਦੀ ਹੈ। ਸੋ ਇਸ ਕਰਕੇ ਜਿਹੜੇ ਨਾਈਟ ਟੈਂਪਰੇਚਰਸ ਨੇ ਉਹ ਵੀ ਇੰਨੇ ਜ਼ਿਆਦਾ ਮਤਲਬ ਫਾਲ ਨਹੀਂ ਕਰ ਰਹੇ, ਕਿਉਂਕਿ ਕੋਈ ਥੋੜ੍ਹਾ ਬਹੁਤਾ ਮੋਇਸਚਰ ਹੋਏ ਜਾਂ ਜਿਸ ਤਰ੍ਹਾਂ ਕਿ ਧਰਤੀ ਤੋਂ ਥੋੜ੍ਹੀ ਜਿਹੀ ਰੇਡੀਏਸ਼ਨ ਜ਼ਿਆਦਾ ਨਿਕਲੇ ਉਹਦੇ ਨਾਲ ਥੋੜ੍ਹਾ ਟੈਂਪਰੇਚਰ ਫਾਲ ਕਰਦਾ। ਪਰ ਇਹੋ ਜਿਹੀਆਂ ਕੰਡੀਸ਼ਨਸ ਨਹੀਂ ਹੈ, ਕਿਉਂਕਿ ਐਡਵੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਪ੍ਰੋਮੀਨੈਂਟ ਹੋਈ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ। ਜਿਹੜੀ ਐਡਵੈਕਸ਼ਨ ਦੇ ਨਾਲ ਜਿਹੜੀ ਹੋਰੀਜ਼ੋਂਟਲ ਫਲੋ ਹੈ ਉਹਦੇ ਨਾਲ ਲੂ ਵੀ ਵਗਦੀ ਹੈ, ਜਿਹੜਾ ਉਹ ਟੈਂਪਰੇਚਰ ਨੂੰ ਵੀ ਵਧਾਉਂਦੀ ਹੈ। ਹਾਂਜੀ, ਕੁਛ ਕਹਿ ਸਕਦੇ ਹੈਗੇ ਹਾਂ ਕਿ ਜਿਸ ਤਰ੍ਹਾਂ ਹੁਣ ਸਾਡੇ ਕੋਲ ਲੁਧਿਆਣੇ ਦਾ ਤਾਂ 44 ਡਿਗਰੀ ਤੱਕ ਟੈਂਪਰੇਚਰ ਹੈਗਾ ਰਿਕਾਰਡ ਕੀਤਾ ਗਿਆ, ਮਤਲਬ 10-12 ਸਾਲ ਦਾ ਰਿਕਾਰਡ ਤਾਂ ਸਾਡੇ ਕੋਲ ਲੁਧਿਆਣੇ ਵੀ ਬ੍ਰੇਕ ਹੋਏ ਆ। ਪਰ ਜੇ ਆਪਾਂ ਬਠਿੰਡੇ ਦੀ ਗੱਲ ਕਰਦੇ ਹਾਂ ਜਿੱਥੇ ਕਿ 48-39 ਡਿਗਰੀ ਟੈਂਪਰੇਚਰ ਪਹੁੰਚ ਗਿਆ, ਉੱਥੇ ਕਾਫ਼ੀ ਮਤਲਬ ਆਪਾਂ ਪਿਛਲੇ 30-40 ਸਾਲਾਂ ਦਾ ਰਿਕਾਰਡ ਕਹਿ ਸਕਦੇ ਹਾਂ ਬ੍ਰੇਕ ਹੋਇਆ, ਕਿਉਂਕਿ ਮੋਸਟਲੀ ਇੰਨਾ ਟੈਂਪਰੇਚਰ ਮਈ ਦੇ ਵਿੱਚ ਰਿਕਾਰਡ ਨਹੀਂ ਹੁੰਦਾ। ਮੈਮ, ਆਮ ਲੋਕਾਂ ਲਈ ਵੀ ਕੁਛ ਹੀਟ ਵੇਵਸ ਨੂੰ ਲੈ ਕੇ ਜਿਹੜੀ ਹੈ ਉਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਵਿੱਚ। ਹਾਂਜੀ, ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹੈਗੇ ਹਾਂ ਕਿ ਰੈੱਡ ਅਲਰਟ ਜਾਰੀ ਕੀਤਾ ਗਿਆ, ਇਟ ਮੀਨਸ ਕਿ ਬਹੁਤ ਜ਼ਿਆਦਾ ਜਿਹੜੀ ਹੈ ਸਨ ਰੇਡੀਏਸ਼ਨ ਜਿਹੜੀ ਧਰਤੀ 'ਤੇ ਆ ਰਹੀ ਹੈ, ਕਿਉਂਕਿ ਬਿਲਕੁਲ ਜਿਵੇਂ ਮਤਲਬ ਤਪ ਰਹੀ ਹੈ ਧਰਤੀ। ਸੋ ਇੰਨੀਆਂ ਜ਼ਿਆਦਾ ਜਦੋਂ ਯੂਵੀ ਰੇਡੀਏਸ਼ਨ, ਕਿਉਂਕਿ ਬਿਲਕੁਲ ਜਿਹੜਾ ਆਪਾਂ ਕਹਿ ਸਕਦੇ ਹਾਂ ਐਟਮੋਸਫੀਅਰ ਬਿਲਕੁਲ ਕਲੀਅਰ ਹੋ ਚੁੱਕਿਆ ਹੈ, ਸੋ ਡਾਇਰੈਕਟ ਸਨਲਾਈਟਸ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ, ਇਸੇ ਕਰਕੇ ਹੀ ਜਿਹੜਾ ਮਤਲਬ ਹਲੇ ਕੋਈ ਵੈਸਟਰ ਡਿਸਟਰਬੈਂਸ ਨਹੀਂ ਆ ਰਿਹਾ, ਕੋਈ ਕਲਾਊਡੀਨੈਸ ਨਹੀਂ ਆ ਰਹੀ। ਸੋ ਜਿੰਨੀਆਂ ਰੇਡੀਏਸ਼ਨਸ ਇੱਥੇ ਪਹੁੰਚ ਰਹੀਆਂ ਨੇ ਉਹ ਸਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ, ਸੋ ਉਹਨਾਂ ਤੋਂ ਬਚਾਅ ਵਾਸਤੇ ਆਪਾਂ ਨੂੰ ਹਮੇਸ਼ਾ ਜਿਹੜੇ ਜਦੋਂ ਵੀ ਘਰੋਂ ਬਾਹਰ ਨਿਕਲਿਆ ਸਨਸਕ੍ਰੀਨ ਲਗਾ ਕੇ ਨਿਕਲੋ, ਔਰ ਜਿਹੜੀਆਂ ਸਨਗਲਾਸਿਸ ਵੀ ਜ਼ਰੂਰ ਲਗਾਉਣੀਆਂ ਚਾਹੀਦੀਆਂ, ਕਿਉਂਕਿ ਜਿਹੜੀਆਂ ਅੱਖਾਂ ਵੀ ਬਹੁਤ ਸੈਂਸਿਟਿਵ ਨੇ, ਅਤੇ ਜਿਸ ਤਰ੍ਹਾਂ ਕਿ ਹੁਣ ਸਾਡੇ ਆਪਣੇ ਚੋਣਾਂ ਦਾ ਮੌਸਮ ਚੱਲ ਰਿਹਾ, ਸੋ ਹਰ ਇੱਕ ਨੇ ਆਪਣੀ ਐਕਟੀਵਿਟੀ ਜਾਂ ਪਾਰਟੀਸਪੇਟ ਵੀ ਕਰਨਾ ਹੈਗਾ, ਉਹਦੇ ਲਈ ਵੀ ਆਪਾਂ ਨੂੰ ਪੂਰੇ ਧਿਆਨ ਨਾਲ ਆਪਣੇ ਘਰੋਂ ਪੂਰੀ ਤਿਆਰੀ ਕਰਕੇ ਨਿਕਲਣਾ ਚਾਹੀਦਾ ਕਿ ਮਤਲਬ ਪਾਣੀ ਦਾ ਜਿਹੜਾ ਹੈਗਾ ਉਹ ਇੰਤਜ਼ਾਮ ਪ੍ਰੋਪਰ ਹੋਵੇ, ਅਤੇ ਜਿਵੇਂ ਕਿ ORS ਦਾ ਘੋਲ ਹੈ ਉਹ ਥੋੜ੍ਹੀ ਥੋੜ੍ਹੀ ਦੇਰ ਬਾਅਦ ਲੋਕ ਆਪਣਾ ਪੀਂਦੇ ਰਹਿਣ, ਕਿਉਂਕਿ ਸਭ ਨੇ ਆਪਣੀਆਂ ਡਿਊਟੀਜ਼ ਵੀ ਕਰਨੀਆਂ ਨੇ। ਪਰ ਕੋਸ਼ਿਸ਼ ਇਹ ਕੀਤੀ ਜਾਵੇ ਕਿ ਜਿਹੜੀ ਦੁਪਹਿਰ ਵੇਲੇ ਇੰਨਾ ਜ਼ਿਆਦਾ ਘਰੋਂ ਬਾਹਰ ਨਾ ਨਿਕਲਿਆ ਜਾਵੇ, ਜਿੰਨਾ ਕੰਮ ਆਪਾਂ ਨਿਬੇੜ ਸਕਦੇ ਹਾਂ ਅਰਲੀ ਮੋਰਨਿੰਗ ਜਾਂ ਥੋੜ੍ਹਾ ਈਵਨਿੰਗ ਟਾਈਮ ਦੇ ਵਿੱਚ ਕੀਤਾ ਜਾਵੇ। ਬਾਕੀ ਜਿਸ ਤਰ੍ਹਾਂ ਕਿ ਤਰਲ ਪਦਾਰਥ ਨੇ ਉਹਨਾਂ ਦਾ ਸੇਵਨ ਕੀਤਾ ਜਾਵੇ, ਜਿਹੜੀ ਤਲਿਆ ਹੈਗਾ ਭੋਜਨ ਉਹ ਉੱਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈਗਾ, ਕਿਉਂਕਿ ਉਹਦੇ ਨਾਲ ਜ਼ਿਆਦਾ ਫਿਰ ਸਾਨੂੰ ਡੀਹਾਈਡਰੇਸ਼ਨ ਹੁੰਦੀ ਹੈ, ਪਿਆਸ ਲੱਗਦੀ ਹੈ। ਬਾਕੀ ਜਿਸ ਤਰ੍ਹਾਂ ਸੂਤੀ ਕੱਪੜੇ ਪਾ ਕੇ ਰੱਖਣੇ ਚਾਹੀਦੇ ਹੈ, ਥੋੜ੍ਹੇ ਹਲਕੇ ਫੁਲਕੇ ਕੱਪੜੇ ਪਾਏ ਜਾਣ ਤਾਂ ਕਿ ਕੰਫਰਟ ਲੈਵਲ ਰਹੇ, ਅਤੇ ਬਾਕੀ ਇਹ ਹੈ ਕਿ ਆਪਣਾ ਜਿੰਨਾ ਵੀ ਹੋ ਸਕੇ ਸਿਰ ਨੂੰ ਜ਼ਰੂਰ ਢੱਕ ਕੇ ਰੱਖਿਆ ਜਾਵੇ, ਕਿਉਂਕਿ ਸਾਡਾ ਜਿਹੜਾ ਸਿਰ ਹੈ ਉਹ ਜਿਹੜਾ ਡਾਇਰੈਕਟ ਮਤਲਬ ਸਨਲਾਈਟ ਦੇ ਅਸਰ ਤੇ ਆਉਂਦਾ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।